ਭਾਵੇਂ ਰੂਪਨਗਰ ਤੋਂ ਹੈ ਜਿੱਥੇ ਕਈ ਸਰਕਾਰੀ ਵਿਭਾਗਾਂ ਦੀ ਮਿਲੀ ਭਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਨਾਲ ਹੀ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਮਾਮਲਾ ਰੂਪਨਗਰ ਦੁਰਾਹਾ ਮਾਰਗ ਤੇ ਸਰਹਿੰਦ ਨਹਿਰ ਕਿਰਾਨੇ ਗ੍ਰੀਨ ਬੈਲਟ ਵਿੱਚ ਨਜਾਇਜ਼ ਕਬਜ਼ਾ ਕਰਕੇ ਚਲਾਏ ਜਾ ਰਹੇ ਦਰਜਨਾਂ ਸ਼ਰਾਬ ਠੇਕਿਆਂ ਦਾ ਹੈ ਜੋ ਆਬਕਾਰੀ ਵਿਭਾਗ ਦੀ ਮਿਲੀ ਭਗਤ ਨਾਲ ਕਈ ਸਾਲਾਂ ਤੋਂ ਨਿਯਮਾਂ ਨੂੰ ਠੇਂਗਾ ਦਿਖਾ ਕੇ ਚਲਾਏ ਜਾ ਰਹੇ ਹਨ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਵਨ ਵਿਭਾਗ ਗ੍ਰੀਨ ਬੈਲਟ ਵਿੱਚ ਨਜਾਇਜ਼ ਕਬਜ਼ਾ ਕਰਕੇ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਨੂੰ ਚੁਕਾਉਣ ਲਈ ਅਦਾਲਤ ਵਿੱਚ ਕੇਸਾਂ 'ਤੇ ਲੱਖਾਂ ਰੁਪਏ ਸਰਕਾਰੀ ਖਜ਼ਾਨੇ ਤੋਂ ਖਰਚ ਕਰ ਰਿਹਾ ਹੈ। ਸ਼ਰਾਬ ਠੇਕਿਆਂ ਦੇ ਨਜਾਇਜ਼ ਕਬਜ਼ਿਆਂ ਨੂੰ ਜਾਇਜ਼ ਕਰਨ ਲਈ ਬਿਜਲੀ ਬੋਰਡ ਵੀ ਸ਼ਰਾਬ ਮਾਫੀਆ 'ਤੇ ਪੂਰਾ ਮਿਹਰਬਾਨ ਹੈ ਕਿਉਂਕਿ ਗ੍ਰੀਨ ਬੈਲਟ ਦੇ ਨਜਾਇਜ਼ ਕਬਜ਼ੇ ਕਰਕੇ ਚਲਾਏ ਜਾ ਰਹੇ ਸ਼ਰਾਬ ਠੇਕਿਆਂ ਨੂੰ ਬਿਜਲੀ ਬੋਰਡ ਵੱਲੋਂ ਬਿਜਲੀ ਦੇ ਮੀਟਰ ਤੱਕ ਲਗਾ ਕੇ ਦਿੱਤੇ ਗਏ ਹਨ ਜਿਸ ਠੇਕੇਦਾਰਾਂ ਵੱਲੋਂ ਗ੍ਰੀਨ ਬੈਲਟ ਵਿੱਚ ਨਜਾਇਜ਼ ਕਬਜ਼ਾ ਕਰਨ ਦੇ ਨਾਲ ਨਾਲ ਬੋਰ ਕਰਕੇ ਪੱਕੇ ਤੌਰ 'ਤੇ ਸਮਰਸੀਬਲ ਪੰਪ ਲਗਾ ਕੇ ਰੱਖੇ ਹਨ। ਇਹ ਠੇਕੇ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਉੱਥੇ ਹੀ ਚੱਲ ਰਹੇ ਨੇ ਅਤੇ ਜਦੋਂ ਵੀ ਕੋਈ ਠੇਕੇਦਾਰ ਲੈਂਦਾ ਹੈ ਠੇਕੇਦਾਰ ਨੇ ਠੇਕਾ ਲੈਂਦਾ ਹੈ ਠੇਕੇਦਾਰ ਨੇ ਹੀ ਉਹਦੇ ਵਾਸਤੇ ਜਗ੍ਹਾ ਦੇਖਣੀ ਹੁੰਦੀ ਹੈ। ਅਸੀਂ ਇਹ ਦੇਖਣਾ ਹੁੰਦਾ ਹੈ ਕਿ ਇਹ ਕੋਈ ਧਾਰਮਿਕ ਸਥਾਨ ਜਾਂ ਸਕੂਲ ਵਗੈਰਾ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਾ ਨੇੜੇ ਨਾ ਹੋਵੇ ਜਿੱਥੇ ਕੋਈ ਸਕੂਲ ਜਾਂ ਧਾਰਮਿਕ ਸਥਾਨ ਜਾਂ ਕੋਈ ਐਸੀ ਜਗ੍ਹਾ ਜਿੱਥੇ ਕੋਈ ਨਿਊਸੈਂਸ ਕ੍ਰੀਏਟ ਹੁੰਦੀ ਹੋਵੇ। ਇੱਥੇ ਕੋਈ ਐਸੀ ਨਿਊਸੈਂਸ ਵਾਲੀ ਕੋਈ ਗੱਲ ਨਹੀਂ ਹੈ। ਜਦੋਂ ਅਸੀਂ ਠੇਕਾ ਨਵਾਂ ਖੋਲ੍ਹਦੇ ਹਾਂ ਉਸ ਵੇਲੇ ਤਾਂ ਅਸੀਂ ਸਾਰਾ ਕੁਝ ਆਪ ਦੇਖਦੇ ਹਾਂ, ਪਰ ਕਿਉਂਕਿ ਪਿਛਲੇ 15-20 ਸਾਲਾਂ ਤੋਂ ਲਗਾਤਾਰ ਉੱਥੇ ਹੀ ਚੱਲ ਰਹੇ ਨੇ ਔਰ ਬਕਾਇਦਾ ਹਰ ਸਾਲ ਇਹਨਾਂ ਦਾ ਲਾਇਸੈਂਸ ਰਿਨਿਊ ਹੁੰਦਾ ਹੈ। ਇਸ ਕਰਕੇ ਕੋਈ ਜਿੱਥੋਂ ਤੱਕ ਪਬਲਿਕ ਦੇ ਆਰੋਪ ਦੀ ਗੱਲ ਹੈ ਸਾਡੇ ਕੋਲ ਇਸ ਸੰਬੰਧੀ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਉਹਦੇ 'ਚ ਮੇਰੀ ਜਾਣਕਾਰੀ ਦੇ ਮੁਤਾਬਕ 3 ਠੇਕੇ ਚੱਲ ਰਹੇ ਨੇ। ਅਸੀਂ ਸਾਡੇ ਫਾਰੈਸਟ ਲਾਅ ਦੇ ਮੁਤਾਬਕ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ, ਮਾਨਯੋਗ ਅਦਾਲਤ ਵਿੱਚ ਕੇਸ ਲਗਾਏ ਨੇ ਅਤੇ ਉਹ ਉਹਨਾਂ ਦਾ ਫੈਸਲਾ ਆਉਣ 'ਤੇ ਅਸੀਂ ਉਹਨਾਂ ਨੂੰ ਜੋ ਵੀ ਮਾਨਯੋਗ ਅਦਾਲਤ ਆਰਡਰ ਕਰੇਗੀ ਅਸੀਂ ਕਾਰਵਾਈ ਕਰਾਂਗੇ। ਅਸੀਂ ਆਪਣੀ ਡਿਊਟੀ ਨਿਭਾਉਂਦੇ ਹੋਏ ਫਾਰੈਸਟ ਲਾਅ ਦੇ ਮੁਤਾਬਕ ਕੋਰਟ ਕੇਸ ਲਾ ਦਿੱਤਾ, ਪ੍ਰੋਸੀਕਿਊਟ ਕੇਸ ਕਰ ਦਿੱਤੇ। ਅਸੀਂ ਸੰਬੰਧਿਤ ਮਹਿਕਮੇ ਨੂੰ ਚਿੱਠੀ ਪੱਤਰ ਲਿਖ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ 'ਤੇ ਕਿਸੇ ਵੀ ਠੇਕੇ ਦੀ ਨਿਲਾਮੀ ਨਾ ਕੀਤੀ ਜਾਵੇ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।